ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਹਾਂਜੀ ਕਿਵੇਂ ਹੋ ਜੀ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਵੈਲਕਮ ਤੁਹਾਡਾ ਸਾਡੇ ਯੂਟਿਊਬ ਚੈਨਲ ਮਨਦੀਪ ਖੰਗੂੜਾ ਦੇ। ਅਤੇ ਅੱਜ ਦਾ ਮੌਸਮ ਤੁਸੀਂ ਚੈੱਕ ਕਰੋ ਯਾਰ, ਕਿੰਨਾ ਜ਼ਿਆਦਾ ਬੱਦਲ ਹੋਇਆ ਆ, ਬਿਜਲੀ ਵੀ ਲਿਸ਼ਕ ਰਹੀ ਆ, ਲੱਗਦਾ ਕਾਫੀ ਸਾਰਾ ਮੀਂਹ ਪਿਉਂਦਾ। ਜਿੱਦਾਂ ਹੁਣ ਫਸਲਾਂ ਵੀ ਪੱਕਣ 'ਤੇ ਆਈਆਂ, ਹੈ ਨਾ, ਤੁਸੀਂ ਸਮਝਦਾਰ ਹੋ ਸਾਰੇ ਕਿ ਕਣਕਾਂ ਪੱਕਣ 'ਤੇ ਆਈਆਂ, ਇਸ ਟਾਈਮ ਮੀਂਹ ਨਹੀਂ ਪੈਣਾ ਚਾਹੀਦਾ, ਪਰ ਫਿਰ ਵੀ ਪੈ ਰਿਹਾ, ਹੈ ਨਾ। ਸੋ ਚੰਗਾ ਨਹੀਂ ਹੈਗਾ। ਸੋ ਸਾਰੇ ਜਣੇ ਇਹੀ ਅਰਦਾਸ ਕਰੋ ਕਿ ਮੀਂਹ ਨਾ ਪਵੇ, ਹੈ ਨਾ। ਬਾਕੀ ਫੁੱਲ ਕਿੰਨੇ ਸੋਹਣੇ ਲੱਗਣ ਡੇ ਯਾਰ, ਕਿੰਨੇ ਸੋਹਣੇ ਫਲਾਵਰ। ਆਹ ਫਲਾਵਰ ਪਤਾ ਨਹੀਂ ਕੀ ਨਾਮ ਆ ਯਾਰ, ਇਹਦਾ ਮੈਨੂੰ ਪਤਾ ਨਹੀਂ ਆ। ਸੋਹਣੇ ਆ ਫਲਾਵਰ, ਆਹ ਤਾਂ ਸੂਰਜਮੁਖੀ ਦੇ ਆ, ਸਨ ਫਲਾਵਰ ਜਿਨ੍ਹਾਂ ਨੂੰ ਕਹਿੰਦੇ, ਹੈ ਨਾ, ਉਹੀ ਆ ਨਾ, ਉਹੀ ਲੱਗਦੇ ਆ ਮੈਨੂੰ ਤਾਂ ਵੈਸੇ। ਬਾਕੀ ਇੱਧਰ ਵੀ ਹੈਗੇ ਆ ਫੁੱਲ, ਕਿੰਨੇ ਸੋਹਣੇ ਸੋਹਣੇ। ਆਹ ਪਤਾ ਨਹੀਂ ਯਾਰ ਕਾਹਦਾ ਦਰਖਤ ਹੁੰਦਾ ਆ। ਬਾਕੀ ਉਹ ਹੈਗਾ ਨਿੰਬੂਆਂ ਦਾ ਬੂਟਾ, ਉਹ ਪਤਾ ਨਹੀਂ ਕਿਹੜੇ ਫਲਾਵਰ ਆ। ਅਤੇ ਆਹ ਪਤਾ ਨਹੀਂ ਕਾਹਦੇ ਫਲਾਵਰ ਆ ਯਾਰ, ਇਹ 'ਚੋਂ ਜੂਸ ਜਿਹਾ ਵੀ ਨਿਕਲਦਾ ਹੁੰਦਾ ਆ, ਉਹੀ ਲੱਗਦੇ ਮੈਨੂੰ ਤਾਂ ਵੈਸੇ। ਹਾਂਜੀ ਭਾਈ ਕੀ ਹਾਲ ਜੇ? ਬੱਦਲ ਬੜਾ ਆ, ਹੋਣਾ ਨਹੀਂ ਚਾਹੀਦਾ ਵੈਸੇ, ਹੈ ਨਾ ਭਾਜੀ। ਪਰ ਕਣਕਾਂ ਵੀ ਪੱਕੀਆਂ ਨਾ, ਤੁਹਾਨੂੰ ਪਤਾ ਹੀ। ਤੁਸੀਂ ਕਿੱਥੇ ਚੱਲੇ ਜੀ ਅੱਜ? ਪੱਠੇ ਲੈਣ ਚੱਲੇ। ਬਾਰਿਸ਼ 'ਚ ਜਾਣਾ ਹੀ ਪੈਣਾ ਵਾ, ਡੰਗਰ ਭੁੱਖੇ ਤੁਹਾਡਾ। ਇਹ ਤਾਂ ਹੈ ਜੀ, ਸਹੀ ਗੱਲ ਆ, ਸਹੀ ਗੱਲ ਆ ਵੀਰ ਦੀ। ਅੱਗੇ ਵਿਚਾਰੀਆਂ ਡੇਗੀਆਂ ਸਾਰੀਆਂ, ਹੈ ਨਾ, ਬੱਚੀਆਂ ਤਾਂ ਅੱਗੇ ਨਹੀਂ ਆ। ਇਹ ਹੈਗਾ ਆਪਣਾ ਪਿੰਡ, ਪਿੰਡ ਦਾ ਵਿਊ ਤੁਹਾਨੂੰ ਦਿਖਾਉਂਦੇ ਹਾਂ। ਪਿੰਡ ਆਪਣਾ ਝਾਵਰ, ਜ਼ਿਲ੍ਹਾ ਗੁਰਦਾਸਪੁਰ। ਬਾਕੀ ਸਾਹਮਣੇ ਦਾ ਵਿਊ ਦੇਖੋ ਕਿੰਨਾ ਸੋਹਣਾ ਆ ਰਿਹਾ ਯਾਰ, ਹੈ ਨਾ। ਚਲੋ ਵਿਊ ਵੀ ਵਧੀਆ ਯਾਰ, ਵਿਊ ਵਧੀਆ ਨੂੰ ਕੀ ਕਰਨਾ ਜਦੋਂ, ਹੈ ਨਾ, ਬਾਰਿਸ਼ ਆ ਗਈ, ਫਸਲ ਖਰਾਬ ਹੋ ਗਈ, ਉਹਦਾ ਕੋਈ ਫਾਇਦਾ ਨਹੀਂ, ਹੈ ਨਾ। ਲੋ ਯਾਰ ਹੁਣ ਆਪਾਂ ਚੱਲੇ ਮਾੜਾ ਜਿਹਾ ਸ਼ਹਿਰ ਨੂੰ ਕੰਮ, ਅਤੇ ਸਾਹਮਣੇ ਹੋ ਗਿਆ ਫਾਟਕ ਬੰਦ। ਇਹ ਫਾਟਕ ਜਦੋਂ ਵੀ ਆਪਾਂ ਜਾਣਾ ਹੋਏ ਬੰਦ ਹੀ ਹੁੰਦਾ ਆ, ਜਦੋਂ ਕਿਤੇ ਜਾਣਾ ਹੋਏ। ਹੁਣ ਦੇਖੋ ਕਦੋਂ ਟ੍ਰੇਨ ਆਉਂਦੀ ਆ। ਲੈ ਵੀ ਆ ਗਿਆ ਮੀਂਹ, ਹੁਣ ਜਾਣਾ ਕਿਤੇ ਸ਼ਹਿਰ ਜਾਣਾ ਵਾ, ਰੂਪਮ ਜਾਣਾ ਸ਼ਹਿਰ, ਹੁਣ ਨਹੀਂ ਜਾਣਾ, ਉਹ ਵੇਲਾ ਸਾਰੇ ਮੁੜ ਕੇ ਵਾਪਸ। ਮੀਂਹ ਆ ਗਿਆ ਯਾਰ, ਜਿਵੇਂ ਤੁਹਾਨੂੰ ਦੱਸਿਆ ਸੀ ਯਾਰ ਕਿ ਸਾਰੀਆਂ ਫਸਲਾਂ ਡਿੱਗੀਆਂ, ਜਿਵੇਂ ਤੁਹਾਨੂੰ ਦੱਸਿਆ। ਓਏ ਕੀ ਗੱਲ ਆ, ਚਾਨਣ ਬਣਾ ਲਿਆ ਤੁਸੀਂ? ਕਿੱਥੇ ਚੱਲੇ ਜੇ ਮੀਂਹ 'ਚ, ਕਿੱਥੇ ਘੁੰਮਣ ਡੇ ਜੇ? ਸਾਡਾ ਪਿੱਛਾ ਕਰ ਡੇ ਜੇ? ਲੈ ਯਾਰ ਸਾਰੀਆਂ ਫਸਲਾਂ ਜਿਵੇਂ ਤੁਹਾਨੂੰ ਦੱਸਿਆ ਗਿਆ ਕਿ ਜਿਵੇਂ ਜੋ ਕੀ ਆ, ਹੁਣ ਹੋਰ ਮੀਂਹ ਪੈਣਾ, ਹੋਰ ਫਸਲਾਂ ਖਰਾਬ ਹੋ ਗਈਆਂ, ਚੰਗੀ ਨਹੀਂ ਆ, ਚੰਗਾ ਨਹੀਂ ਆ ਮੀਂਹ, ਮਤਲਬ ਹੈ ਨਾ, ਮਾੜਾ ਕਿਸਾਨਾਂ ਨਹੀਂ ਜਾਂਦਾ ਹਰ ਵਾਰੀ ਪੈਂਦਾ ਯਾਰ, ਹਰ ਵਾਰੀ ਏਦਾਂ ਹੁੰਦਾ, ਹੋਣਾ ਵੀ ਚਾਹੀਦਾ। ਓਏ ਫੋਟੋ ਫੋਟੋ ਭਾਜੀ, ਗਾਂ ਜਾ ਕੇ ਖਿਚਾਉਂਦੇ, ਗਾਂ ਜਾ ਕੇ, ਉਹ ਗਾਂ ਗਾਂ ਜਾ ਕੇ ਯਾਰ, ਉਹ ਗੱਡੀ ਜਾ ਕੇ। ਪਿੱਛੇ ਆਉਣ ਡੇ ਮੁੰਡੇ ਪਿੰਡ ਦੇ, ਇੱਥੇ ਤਾਂ ਮੀਂਹ ਹੈ ਹੀ ਨਹੀਂ ਹੈ ਯਾਰ, ਇੱਥੇ ਹੁਣੇ ਹੁਣੇ ਸ਼ੁਰੂ ਹੋਇਆ ਵਾ, ਇਹਦਾ ਸੁੱਕੀ ਆ ਸੜਕ ਸਾਰੀ, ਹੈ ਨਾ। ਆਹ ਦੇਖੋ ਯਾਰ, ਇੱਥੇ ਹੁਣੇ ਮੀਂਹ ਮਤਲਬ ਕਿ ਸਟਾਰਟ ਹੀ ਹੋਇਆ ਹਲੇ, ਤੁਸੀਂ ਚੈੱਕ ਕਰ ਸਕਦੇ ਹੋ, ਸੜਕ ਵੀ ਨਹੀਂ ਗਿੱਲੀ, ਹੈ ਨਾ, ਜਿੱਥੇ ਜਿੱਥੇ ਆਪਾਂ ਜਾ ਰਹੇ ਨਾ, ਉੱਥੇ ਉੱਥੇ ਮੀਂਹ ਪਈ ਆ ਰਿਹਾ, ਇਹਦਾ ਮਤਲਬ ਘਰ ਹੀ ਚੱਲੀ ਆਪਾਂ ਹੁਣ, ਤੇ ਫਿਰ ਘਰ ਵੀ ਪਵਾਉਣਾ ਆਪਣੇ, ਘਰ ਪਵਾ ਲੈਣੇ ਭਰਾ, ਫਸਲਾਂ ਤੇ ਨਹੀਂ ਪਵਾਉਣਾ। ਇੱਧਰ ਓਏ ਓਏ, ਇੱਥੇ ਮੀਂਹ ਹੁਣੇ ਸਟਾਰਟ ਹੋਇਆ ਲੱਗਦਾ, ਆਵੇ ਸੜਕਾਂ ਸੁੱਕੀਆਂ ਸੁੱਕੀਆਂ ਸੜਕਾਂ ਜੀ, ਵੇਖੋ ਕਿੰਨਾ ਫਰਕ ਸਾਡੇ ਪਿੰਡ ਤੋਂ ਜੀਣਵਾਲ ਦਾ। ਵਾਹਿਗੁਰੂ ਵਾਹਿਗੁਰੂ।
ਪਿੰਡ ਹੈਗਾ ਜੀ ਜੀਵਨਵਾਲ ਬੱਬਰੀ ਇਹ ਪਿੰਡ ਤੇ ਆਓ ਸਾਹਮਣੇ ਪਿੰਡ ਹੈਗਾ ਬੱਬਰੀ ਯਾਰ ਤੁਸੀਂ ਹਟੇ ਨਹੀਂ ਹਲੇ ਓਏ ਹਟੇ ਨਹੀਂ ਹਲੇ ਵੀ ਪਿੱਛੇ ਪਿੱਛੇ ਆਈ ਜਾਣ ਡਿਓ ਲੈ ਬਈ ਪਹੁੰਚ ਗਏ ਬੱਬਰੀ ਬੱਬਰੀ ਫਲਾਈ ਓਵਰ ਦੇ ਥੱਲੇ ਅੱਗੇ ਅੱਗੇ ਵੇਖ ਇੱਥੇ ਹਲੇ ਮੀਂਹ ਸਟਾਰਟ ਹੀ ਹੋਇਆ ਵਾ ਤੇ ਆਪਾਂ ਚੱਲੇ ਕਿੱਥੇ ਜਾਣਾ ਕਿਤੇ ਗੁਰਦਾਸਪੁਰ ਤੇ ਚਲੋ ਠੀਕ ਆ ਯਾਰ ਤੁਹਾਨੂੰ ਮਿਲਦੇ ਹਾਂ ਗੁਰਦਾਸਪੁਰ ਜਾ ਕੇ ਲੈ ਵੀ ਇਸ ਟਾਈਮ ਆਪਾਂ ਹੈਗੇ ਹਾਂ ਕਾਨੂੰਆਂ ਚੌਂਕ 'ਚ ਜਿਹਨੂੰ ਕਹਿੰਦੇ ਆ ਗੰਡਾਸਾ ਚੌਂਕ ਕੀ ਕਹਿੰਦੇ ਆ ਗੰਡਾਸਾ ਚੌਂਕ ਤੇ ਮੀਂਹ ਕਿੰਨਾ ਆ ਗਿਆ ਆਪਾਂ ਭਿੱਜ ਗਏ ਹਾਂ ਯਾਰ ਮੀਂਹ ਬਹੁਤ ਜ਼ਿਆਦਾ ਆਉਣ ਡਿਆ ਵਾ ਤੇ ਇੱਧਰ ਸਾਡੇ ਸ਼ੱਕ ਆ ਮੇਰਾ ਸਾਰਾ ਪਿੰਨਾ ਪਰਨਾ ਭਿੱਜ ਗਿਆ ਯਾਰ ਮੈਂ ਇਹਨੂੰ ਘਰੋਂ ਕਿਹਾ ਸੀ ਕਿ ਨਹੀਂ ਚੱਲਣਾ ਗਾੜੀ ਮੀਂਹ ਫਿਰ ਮਿਲ ਜਾਣਾ ਸਾਨੂੰ ਤੇ ਹੁਣ ਇੱਥੇ ਮੀਂਹ ਵਾਹਵਾ ਲੱਥਾ ਵਾ ਜੀਣ ਵਾਲ ਬੱਬਰੀ ਨਹੀਂ ਮੀਂਹ ਹੈਗਾ ਜਦੋਂ ਆਪਾਂ ਨਾਕਾ ਕਰੋਸ ਕੀਤਾ ਉਸ ਤੋਂ ਬਾਅਦ ਮੀਂਹ ਆ ਗਿਆ ਹੁਣ ਬੈਠੇ ਰਹੋ ਇੱਥੇ ਗੱਡੀਆਂ ਵਾਲੇ ਜਾਣ ਡਿਆ ਯਾਰ ਉਹਨੂੰ ਉਹਨੂੰ ਐਮਰਜੈਂਸੀ ਹੋਏਗੀ ਕੋਈ ਆਪਾਂ ਨਹੀਂ ਜਾਣਾ ਹੁਣ ਯਾਰ ਸਾਰਿਆਂ ਨੂੰ ਐਮਰਜੈਂਸੀ ਹੋਏਗੀ ਆਪਾਂ ਨਹੀਂ ਜਾਣਾ ਹੁਣ ਚਲੋ ਠੀਕ ਹੈ ਜੀ ਮੀਂਹ ਹਟਦਾ ਤੇ ਫਿਰ ਚੱਲਦੇ ਹਾਂ ਫਿਲਹਾਲ ਦੀ ਘੜੀ ਇੱਥੇ ਬਹਿੰਦੇ ਹਾਂ ਘੜੀ ਲਓ ਯਾਰ ਇਸ ਟਾਈਮ ਆਪਾਂ ਹੈਗੇ ਹਾਂ ਹਨੂੰਮਾਨ ਚੌਂਕ 'ਚ ਅਤੇ ਬਾਰਿਸ਼ ਬੜੀ ਤੇਜ਼ ਹੋ ਗਈ ਆ ਅਤੇ ਹੁਣ ਆਪਾਂ ਘਰ ਵੀ ਨਹੀਂ ਜਾ ਸਕਦੇ ਮਤਲਬ ਬਾਰਿਸ਼ ਬਹੁਤ ਜ਼ਿਆਦਾ ਤੇਜ਼ ਹੈ ਯਾਰ ਮੈਂ ਤੈਨੂੰ ਘਰੋਂ ਕਿਹਾ ਸੀ ਕਿ ਨਹੀਂ ਜਾਣਾ ਇਹ ਹੈਗਾ ਹਨੂੰਮਾਨ ਚੌਂਕ ਗੁਰਦਾਸਪੁਰ ਦਾ ਅਤੇ ਇਹ ਹੈਗੀ ਆਪਣੇ ਯਾਰ ਸੁਨੀਲ ਦੀ ਦੁਕਾਨ ਆਹ ਵੇਖੋ ਕਿ ਵਾਈਫਾਈ ਯੂਜ਼ ਕਰਨ ਦੇ ਮੁੰਡੇ ਕਿੱਥੇ ਬਹਿ ਗਏ ਹੈ ਵਿਊ ਕਿੰਨੇ 9,29,000 ਵਿਊ ਚੱਲ ਗਏ ਯਾਰ ਫੇਸਬੁੱਕ ਤੇ ਨਾ ਲੋਕੀ ਬੜੇ ਵਿਊ ਲੈਣ ਡਏ ਆ ਹਾਂ ਲਓ ਜੀ ਬਾਰਿਸ਼ ਉਹ ਕੀ ਗੱਲ ਆ ਬਾਰਿਸ਼ ਹੋਰ ਵੀ ਤੇਜ਼ ਹੋ ਗਈ ਆ ਅਤੇ ਯਾਰ ਮੈਨੂੰ ਲੱਗਦਾ ਬਲਾ ਵਲੋਗ ਇੱਥੇ ਖਤਮ ਕਰਨਾ ਪੈਣਾ ਵਾ ਲਓ ਜੀ ਹੁਣ ਮੀਂਹ ਹਟਿਆ ਵਾ ਥੋੜ੍ਹਾ ਥੋੜ੍ਹਾ ਅਤੇ ਹੁਣ ਆਪਾਂ ਜਾ ਰਹੇ ਹਾਂ ਘਰ ਨੂੰ ਵਾਪਸ ਇੱਧਰ ਵੀ ਚਲੇ ਜਾਂਦੇ ਹਾਂ ਵੀ ਚਲੇ ਜਾਂਦੇ ਬਾਜ਼ਾਰ ਥਾਣੀ ਅਤੇ ਇਹ ਹੈਗਾ ਜੀ ਸਾਡੇ ਗੁਰਦਾਸਪੁਰ ਦਾ ਲੋਕਲ ਬਾਜ਼ਾਰ ਮਤਲਬ ਮੇਨ ਬਾਜ਼ਾਰ ਮੇਨ ਬਾਜ਼ਾਰ ਦੀਆਂ ਗਲੀਆਂ ਤਾਂ ਹੁਣ ਵੇਖੋ ਰੂਪਮ ਕੀ ਖਵਾਉਂਦਾ ਆਪਾਂ ਨੂੰ ਮੌਸਮ ਵੀ ਵਧੀਆ ਬਹੁਤ ਵਧੀਆ ਹੋਇਆ ਵਾ ਹੈ ਨਾ ਅਤੇ ਰੂਪਮ ਭਾਈ ਸੇਵਾ ਕਰਨਗੇ ਹੁਣ ਥੋੜ੍ਹੀ ਬਹੁਤ ਖਾਂਦੇ ਕੋਈ ਬਰਗਰ ਬੁਰਗਰ ਖਾ ਲਾਂਗੇ ਹੋਰ ਕੀ ਖਾਣਾ ਅਤੇ ਵਲੋਗ ਦੇ ਵਿੱਚ ਦੱਸ ਦਾਂਗੇ ਜੋ ਵੀ ਆਪਾਂ ਖਾਵਾਂਗੇ ਹੈ ਨਾ ਅਜੇ ਜਵੈਲਰ ਸਾਰੀਆਂ ਦੁਕਾਨਾਂ ਦੀ ਪ੍ਰਮੋਸ਼ਨ ਕਰ ਦੇਣੀ ਹੁਣ ਮੈਂ ਜਾਂਦੇ ਜਾਂਦੇ ਉਹ ਸਾਹਮਣੇ ਹੈਗਾ ਜੀ ਦਰਮਾਨੀਆਂ ਦੀ ਹੱਟੀ ਅਸ਼ੋਕਾ ਟੇਲਰ ਗੁਰੂ ਕਿਰਪਾ ਕੰਪਿਊਟਰ ਮਹਾਜਨ ਟੇਲਰ ਸਾਰਿਆਂ ਦੀ ਪ੍ਰਮੋਸ਼ਨ ਕਰ ਦੇਣੀ ਆਪਾਂ ਫਰੀ ਆਫ ਕੋਸਟ ਕਿਉਂ ਵੀ ਰੂਪਮ ਸਿਆ ਸਾਰੇ ਜਾਣੇ ਵਿਜ਼ਿਟ ਕਰਿਓ ਆ ਸਾਰੀਆਂ ਦੁਕਾਨਾਂ ਦੇ ਮਤਲਬ ਜਿੰਨੀਆਂ ਵੀ ਦੁਕਾਨਾਂ ਸਾਰਿਆਂ ਦੇ ਵਿਜ਼ਿਟ ਕਰਿਓ ਯਾਰ ਬਾਜ਼ਾਰ ਕਿੰਨੇ ਲੈ ਵੀ ਅੱਗੇ ਨਾਨ ਵਾਲੀ ਦੁਕਾਨ ਵੀ ਹੈਗੀ ਆ ਨਾਨ ਨਾਨ ਤਾਂ ਨਹੀਂ ਖਾਣਾ ਹੋਣਾ ਤੂੰ ਹੈ ਨਾ ਉਹ ਮਤਲਬ ਕਿ ਤੂੰ ਖਵਾ ਦੇ ਜੋ ਮਰਜ਼ੀ ਮਤਲਬ ਮੈਂ ਆਪ ਨਹੀਂ ਖਵਾ ਸਕਦਾ ਹੈ ਨਾ ਇਹ ਸੀਨ ਆ ਇਹਦਾ ਅਤੇ ਇਹ ਹੈਗਾ ਜੀ ਵਿਸ਼ਾਲ ਬੂਟ ਹਾਊਸ ਸਾਹਮਣੇ ਜਾਣ ਦਿਓ ਜਾਣ ਦਿਓ ਜਾਣ ਦਿਓ ਪਿੰਡ ਦੀ ਮੀਂਹ ਆਉਣ ਡਿਆ ਮੈਂ ਕੀਤਾ ਫੋਨ ਏਪੀ ਨੂੰ ਕਹਿੰਦਾ ਪਿੰਡ ਦੀ ਮੀਂਹ ਆਉਣ ਡਿਆ ਉਦਾਂ ਬੱਦਲ ਗਰਜਣ ਡਿਆ ਵਾ ਰੂਪਮ ਇੱਥੇ ਵੀ ਹੈਗੀ ਇੱਕ ਦੁਕਾਨ ਬੇਕਾਰ ਆ ਫਿਰ ਕਿੱਥੋਂ ਖਾਣੇ ਆ ਉਹ ਉੱਥੋਂ ਖਾਂਦੇ ਆ ਨਾ ਨਹੀਂ ਖਾਣੇ ਉਹ ਖਾਂਦੇ ਆ ਟਿੱਕੀਆਂ ਨਹੀਂ ਇੱਥੇ ਹੈਗੀਆਂ ਟਿੱਕੀਆਂ ਵਾਲੀ ਦੁਕਾਨ ਖਾਧੀਆਂ ਪਹਿਲਾਂ ਕਦੀ ਉਹ ਟਿੱਕੀਆਂ ਵਾਲੀ ਦੁਕਾਨ ਜਿਹੜੀ ਮੋੜ ਤੇ ਜਿੱਥੋਂ ਦੋ ਸੜਕਾਂ ਮੁੜਦੀਆਂ ਵਾ ਉਹ ਖਾ ਲੈਂਦੇ ਆ ਫਿਰ ਹੋਰ ਕੀ ਕਰਨਾ
ਇਹ ਹੈਗੀਆਂ ਸਾਰੀਆਂ ਮਤਲਬ ਖਾਤਾ ਖੁਦਾ ਦੀਆਂ ਦੁਕਾਨਾਂ ਜਿੰਨੀਆਂ ਵੀ ਆ ਆਹ ਰੋਡ ਤੇ ਤੇ ਇਹ ਹੈਗਾ ਜੀ ਕਾਨੂੰਨ ਚੌਂਕ ਵਾਲਾ ਰੋਡ ਤੇ ਟ੍ਰੈਫਿਕ ਦੇਖੋ ਕਿੰਨੀ ਜ਼ਿਆਦਾ ਆ ਤੇ ਹੁਣ ਜਾ ਰਹੇ ਆਪਾਂ ਵਾਪਸ ਘਰ ਨੂੰ ਤੇ ਯਾਰ ਖਾਣਾ ਪੀਣਾ ਕੀ ਆ ਕੋਈ ਹਜੇ ਡਿਸਾਈਡ ਹੀ ਨਹੀਂ ਹੋਣ ਡਿਆ ਬਾਕੀ ਤੁਹਾਨੂੰ ਕੋਈ ਨਾ ਦੱਸ ਦਿਆਂ ਵਲੌਗ ਦੇ ਨਾਲ ਬਣੇ ਰਹੋ ਲੈ ਵੀ ਹੁਣ ਇੱਥੋਂ ਖਾਣ ਲੱਗੇ ਆ ਬਰਗਰ ਆਪਾਂ ਫਿਰ ਬਾਹਰ ਆਇਆ ਮੈਂ ਡੈਡੀ ਬਰਗਰ ਖਾਣਾ ਹੀ ਖਾਣਾ ਚੱਲ ਫਿਰ ਉਹਦੇ ਕੋਲ ਲੈ ਗਿਆ।